ਜਿੰਦਰ ਇਧਰਲੇ ਪਾਸੇ ਆਈ ਜਿੰਦਰ ਸਾਈਂ ਜੀ ਵਾਲੀ ਸਾਈਡ ਪਲੀਜ ਮੇਰੀ ਬੇਨਤੀ ਹੈ ਹੁਣ ਹੱਥ ਜੋੜ ਕੇ ਗਰਮੀ ਵੀ ਬਹੁਤ ਹੈ ਦਰਸ਼ਕ ਬਹੁਤ ਟਾਈਮ ਦੇ ਗਰਮੀ ਚ ਬੈਠੇ ਆ ਹੱਥ ਜੋੜ ਕੇ ਮੇਰੀ ਬੇਨਤੀ ਇਹ ਹੈ ਵੀ ਪਲੀਜ਼ ਗਰਾਊਂਡ ਕਲੀਅਰ ਕਰ ਦਿਓ ਸੁੱਖਾ ਜੀ ਘੁੱਗਸ਼ੋਰ ਵਾਲੇ ਕੋਚ ਸਾਹਿਬ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਵੀ ਜਿਹੜੇ ਉਹਨਾਂ ਦੇ ਪਲੇਅਰ ਖੇਡਣੇ ਆ ਪਲੀਜ਼ ਉਹੀ ਪਲੇਅਰ ਗਰਾਊਂਡ ਦੇ ਵਿੱਚ ਖੜਾਉਣ ਬਾਕੀ ਪਲੇਅਰ ਨੂੰ ਸਾਈਡ ਤੇ ਬਿਠਾ ਦੇਣ ਦੂਸਰੇ ਪਾਸੇ ਰੁੜਕੇ ਦੀ ਟੀਮ ਹੈ ਬਿੰਦੂ ਫਰਾੜੇ ਉਹਨਾਂ ਨੂੰ ਬੇਨਤੀ ਹੈ ਵੀ ਜਿਹੜੇ ਪਲੇਅਰ ਖੇਡਣੇ ਆ ਪਲੀਜ਼ ਉਹੀ ਗਰਾਊਂਡ ਸਤਨਾਮ ਡੱਗੋ ਰਮਾਣੇ ਵਾਲੇ ਦੇ ਕਹਿੰਦੇ ਸੱਟ ਲੱਗ ਗਈ ਸੀ ਕੁਝ ਵੀਰਾਂ ਨੇ ਬਾਹਰੋਂ ਹੈਲਪ ਕਰ ਭੇਜੀ ਹੈ ਤੇ ਕੁਝ ਸਾਈਂ ਜੀ ਵੱਲੋਂ ਇਸ ਨੌਜਵਾਨ ਦੀ ਹੈਲਪ ਕੀਤੀ ਜਾ ਰਹੀ ਹੈ ਕਿਉਂਕਿ ਸਾਈਂ ਜੀ ਸਾਰੇ ਪਲੇਅਰਾਂ ਨੂੰ ਪਿਆਰ ਕਰਦੇ ਹੈ ਸਤਨਾਮ ਦੀ ਪਹਿਲਾਂ ਲੱਤ ਟੁੱਟ ਗਈ ਸੀਗੀ ਧੂਰਕੋਟ ਦੇ ਵਿੱਚ ਦੁਬਾਰਾ ਫੇਰ ਉਸੇ ਲੱਤ ਤੇ ਸੱਟ ਲੱਗੀ ਲੈ ਵੀ ਸਤਨਾਮ ਦਿਲ ਨਹੀਂ ਛੱਡਣਾ ਬਾਬਾ ਮਿਹਰ ਕਰੂਗਾ ਕੋਈ ਗੱਲ ਨਹੀਂ ਇੱਕ ਖੇਡ ਦੇ ਵਾਂਗੂ ਲਾਈਫ ਹੈ ਜ਼ਿੰਦਗੀ ਹੈ ਕੋਈ ਗੱਲ ਨਹੀਂ ਜੀ ਅੱਜ ਥੋੜਾ ਟਾਈਮ ਮਾੜਾ ਚੱਲ ਰਿਹਾ ਲਓ ਇੱਕ ਵਾਰੀ ਜ਼ੋਰਦਾਰ ਤਾੜੀਆਂ ਸਾਈਂ ਜੀ ਵੱਲੋਂ ਮੇਰੇ ਵੀਰੋ ਵੱਡੇ ਪੱਧਰ ਤੇ ਮਾਣ ਕੀਤਾ ਜਾ ਰਿਹਾ ਵੱਡੇ ਪੱਧਰ ਤੇ ਆਸ਼ੀਰਵਾਦ ਜਿਹੜਾ ਹੈ ਉਹ ਸਤਨਾਮ ਡੱਗੋ ਰਮਾਣੇ ਵਾਲੇ ਦਾ ਨਾ ਤੇ ਹੁਣ ਸਾਈਂ ਜੀ ਕਹਿੰਦੇ ਮੈਂ ਵੀ ਸਾਈਂ ਜੀ ਨੇ ਪਹਿਲਾਂ ਕਦੇ ਗਿਣੇ ਹੀ ਨਹੀਂ ਸਾਈਂ ਜੀ ਕਹਿੰਦੇ ਜਦੋਂ ਵੀ ਕਿਸੇ ਵੀ ਚੀਜ਼ ਦੀ ਪੈਸੇ ਦੀ ਜਾਂ ਕਿਸੇ ਹੋਰ ਚੀਜ਼ ਦੀ ਲੋੜ ਹੋਵੇ ਤਾਂ ਸਤਨਾਮ ਅੱਧੀ ਰਾਤੋਂ ਆ ਕੇ ਕੁੱਲੀ ਦਾ ਦਰ ਖੜਕਾ ਦੀ ਤੇਰੇ ਲਈ ਇਹ ਦਰ ਹਰ ਇੱਕ ਲਈ ਖੁੱਲਿਆ ਹਰ ਇੱਕ ਪਲੇਅਰ ਦੇ ਲਈ ਖੁੱਲਿਆ ਸਾਈਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਇਹਨਾਂ ਪਲੇਅਰਾਂ ਦੇ ਉੱਤੇ ਸਿਰ ਤੇ ਹੱਥ ਰੱਖਦੇ ਹੋ ਔਰ ਵੱਡੇ ਪੱਧਰ ਤੇ ਸਾਈਂ ਜੀ ਵੱਲੋਂ ਮਾਣ ਕੀਤਾ ਗਿਆ ਸਤਨਾਮ ਦਾ ਪਲੀਜ਼ ਹੁਣ ਗਰਾਊਂਡ ਕਲੀਅਰ ਤੇ ਜਾਲ ਟੱਪ ਕੇ ਕੋਈ ਨਾ ਆਓ ਹੌਲੀ ਹੌਲੀ ਲਾ ਦੋ ਆਪ ਹੀ ਹਿੰਮਤ ਕਰ ਲਓ ਹੁਣ ਆਪ ਹੀ ਹਿੰਮਤ ਕਰ ਲਓ ਤੁਸੀਂ ਤਾਂ ਹਿਮਾਲਿਆ ਪਰਬਤ ਤੇ ਚੜ੍ਹ ਕੇ ਬਾਬਾ ਜੀ ਜਿਹੜੇ ਜਾਲ ਟੱਪ ਰਹੇ ਆ ਉਹਨਾਂ ਨੂੰ ਦੱਸ ਰਹੀ ਹੈ ਵੀ ਇਹ ਤੁਹਾਡੇ ਕਰਕੇ ਟੂਰਨਾਮੈਂਟ ਹੋ ਰਿਹਾ ਜਿਹੜੇ ਬਾਈ ਜਿਹਨੂੰ ਨਾ ਨਹੀਂ ਦਿਸਦਾ ਜੇ ਚਾਨਣੀਆਂ ਲਾਉਣੀਆਂ ਤਾਂ ਪਿਆਰ ਨਾਲ ਲਾ ਦਿਓ ਪਾੜਿਓ ਨਾ ਇੱਧਰ ਛੋਟਾ ਜਿਹਾ ਬੱਚਾ ਹੈ ਸਾਨੂੰ ਪਤਾ ਪੜਦਾ ਹੋ ਜਾਂਦੀ ਆ ਪਰ ਲਾ ਦਿਓ ਪਿਆਰ ਨਾਲ ਲਾ ਦਿਓ ਮੇਰੇ ਵੀਰੋ ਪਿਆਰ ਨਾਲ ਛੋਟਾ ਜਿਹਾ ਬੱਚਾ ਜਲੰਧਰ ਤੋਂ ਇਹਨਾਂ ਦੇ ਫਾਦਰ ਸਾਹਿਬ ਸਰਦਾਰ ਭੁਪਿੰਦਰ ਸਿੰਘ ਜੀ ਉਹ ਇਹ ਤੋਂ ਪਿਛੜ ਗਏ ਹੈ ਜਲਾਲ ਵਾਲਾ ਰੈਟਾ ਵੀ ਆਪਣੇ ਸਾਥੀਆਂ ਦੇ ਨਾਲ ਸੰਪਰਕ ਉਹ ਪਲੀਜ਼ ਇੱਥੇ ਬੱਚਾ ਸਟੇਜ ਦੇ ਕੋਲ ਹੈ ਉਹ ਧਾਰਾ ਪ੍ਰਧਾਨ ਬੈਠਾ ਉੱਥੇ ਪਹੁੰਚ ਜਾ ਉੱਥੇ ਆ ਜਾਣਗੇ ਉੱਥੇ ਗਰਾਊਂਡ ਕਲੀਅਰ ਕਰ ਦਿਓ ਜੀ ਗਰਾਊਂਡ ਕਲੀਅਰ ਕਰ ਦਿਓ ਇਹਦੇ ਕਹਿੰਦੇ ਦੁਨੀਆ ਨੇ ਮਹਾਨ ਸਟਾਰ ਪੁੱਜ ਚੁੱਕੇ ਆ ਮੇਰੇ ਵੀਰੋ ਕਬੱਡੀ ਦੇ ਵਿੱਚ ਗੁੱਟ ਦਾ ਕਹਿੰਦੇ ਅੱਜ ਦੇ ਟਾਈਮ ਦਾ ਸਿਰੇ ਦਾ ਫੜਾਕ ਕੀਪਾ ਭੂੰਦੜ ਵਾਲਾ ਕਹਿੰਦੇ ਮਨਦੀਪ 15-5-15 ਮਨਦੀਪ 15-5-15 ਪਲੀਜ਼ ਮੈਚ ਸ਼ੁਰੂ ਕਰਵਾ ਦਿਓ ਮਨਦੀਪ ਜੀ ਮੈਚ ਜਲਦੀ ਨਾਲ ਸ਼ੁਰੂ ਕਰਵਾਓ ਹੁਣ ਪਾਰ ਨਾ ਦਿਓ ਲਾ ਲਓ ਪਿਆਰ ਦੇ ਜਿਹੜੇ ਟੈਂਟ ਵਾਲੇ ਵੀਰ ਨੇ ਉਹਨਾਂ ਨੂੰ ਬੇਨਤੀ ਹੈ ਵੀ ਉਹ ਗਰਾਊਂਡ ਦੇ ਵਿੱਚ ਆ ਜਾਣੇ ਚਾਨਣੀਆਂ ਲਾਉਣੀਆਂ ਟੈਂਟ ਵਾਲੇ ਉਹ ਪਾਣੀ ਵਾਲਿਓ ਉਹ ਬਾਬਿਓ ਇੱਦਾਂ ਨਾ ਕਰੋ ਪਲੀਜ਼ ਰਹਿਣ ਦਿਓ ਪਾਣੀ ਨੂੰ ਰਹਿਣ ਦਿਓ ਰਹਿਣ ਦਿਓ ਯਾਰ ਗਰਾਊਂਡ ਅੰਦਰ ਖਿਡਾਰੀ ਹੀ ਰਹਿਣ ਰੁਪਿੰਦਰ ਪਾਣੀ 20-5-20 ਦਾ ਸਮਾਂ ਪਰ ਪਲੀਜ਼ ਸਭ ਤੋਂ ਵੱਡੀ ਬੇਨਤੀ ਇਹ ਹੈ ਵੀ ਪਲੀਜ਼ ਗਰਾਊਂਡ ਕਲੀਅਰ ਹੋ ਜਾਏ ਗਰਾਊਂਡ ਕਿਉਂਕਿ ਲਾਈਵ ਵੀ ਦੁਨੀਆ ਦੇਖ ਰਹੀ ਹੈ ਫਿਰ ਜਦੋਂ ਇੱਦਾਂ ਘਸਮਾਣ ਜਿਹਾ ਪੈਂਦਾ ਤੇ ਫਿਰ ਸਵਾਦ ਨਹੀਂ ਆਉਂਦਾ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੀ ਪਲੀਜ਼ ਗਰਾਊਂਡ ਕਲੀਅਰ ਹੋ ਜਾਏ ਪਲੀਜ਼ ਗਰਾਊਂਡ ਕਲੀਅਰ ਕਰ ਦਿਓ ਜੀ ਜਿਹੜੇ ਖਿਡਾਰੀਆਂ ਦਾ ਮੈਚ ਹੋ ਗਿਆ ਉਹ ਪਲੀਜ਼ ਬਾਹਰਲੀ ਸਾਈਡ ਹੋ ਜਾਣਗੇ
प्यार दे नाल ही ये चानिया ला दो पाड़े हो ना कठ भी बहुत है बाहू हल खवाल है ते गर्मी भी बहुत है ते प्लेयर भी बहुत है ले भी हेलीकॉप्टर आला किथे आ हुण तेरी लोड पैगी हेलीकॉप्टर आला कमलप्रीत मैल कराले कमलप्रीत नु बेनती है जिथे जिथे संगत बैठी है नाले मूवी बना ला ते नाले हवा छड़ दे करी इना ते हेलीकॉप्टर जा लेके आ हुण भाई तेरी लोड है ओदी कमलप्रीत हां बैटरी बूटरी कर ला चार्ज हेलो एक वीर दा बटू है चले है मेरी बेनती है भी अपने बटुए मोबाइल फोन सांभ के रखो चलाउने आपा जी एको मिनट पंजाब पुलिस दा बहुत बहुत धन्यवाद है पंजाब पुलिस दी सारी टीम पुजी हुई है बहुत बहुत धन्यवाद देखो सारे प्यार दे नाल वीरो थोड़ा ही है जे साम के रख लोगे फिर भी थोड़ा जे पार दोगे फिर भी थोड़ा हाँ इनू प्या इनू फड़ लो बाबा जी दो बंदे हुण सानू एदा करी जांदे मैं केड़ा बाबा श्री चंद भी मैं एदा करके हो कर दूंगा इनू ला दो प्यार नाल दो बंदे ला दो बिल्ला टेंट वाला जिथे भी आवाज नू सुनदा है हाँ प्यार ए थारा थोड़ा ही है भाई ना तो साडा कुछ है ना साईं जी दा प्यार दे नाल ना प्लेयरां दा थोड़ा संगत दे नाल ही है सारा कुछ प्यार दे नाल कोई गल नहीं जदों आ लै गईआं ना प्रधान जी हरजू इकदम हुंबस जी बन गई फिर आओ बैठे ओ तुसीं ला दिओ बाबा जी सियाणे कहिंदे हुंदे पत्ता नीलदा पिथों आ जा आ जा आ जा इधर दी इधर साईं जी जिथे बैठे आ ना उथों जी दी पाया भी मुंडा जी दी 2 मिनट आई भी रे ग्राउंड दे विच 2 कदम आ मुंडा हर साल अमरीका तो स्पेशल मेले ते दो बारी चल के आउंदा साल दे विच एक बारी जोरदार ताड़ियां मार दो जीदीप मुंडा खन्ने वाला साडा भरा आओ जी हो दिल खुश है हो दिल खुश है जो शहरां ते पिंडां विच लगदे मैदान सजना ओ शेर साईयां दे ओ शेर साईयां दे आउंदे कतान के कबड्डी साडी जान सजना जोरदार ताड़ी कबड्डी वाले प्लेयर वाले भाई ठीक है कहंदा पेंदियां ने रेडा बड़ा औखा हुंदा खाड़ियां च गजना ओ जाफियां दा जोर चार कल्ले उत्ते हाथ लागे भजना ओ खुशी चूड़ी मां दी वे चूड़ी मां दी दा पता उदो लगदा वे भरीए उड़ान सजना ओ शेर साईयां दे होए शेर साईयां दे आउंदे काटाण के कबड्डी साडी जान सजना लो जी हुण कबड्डी देखदे आ पूरी बैठा आपां फेर आ जाणा लाओ कहिंदे कहिंदे फेर इह बारू रुड़की वाला ते सामणे इसलै नौजवान जाफी दी कहिंदे कीती होई कोशिश इक पासे टीम बाबा भाई साधु कबड्डी क्लब रुड़का है मेरे वीरे उधर दूसरे पासे कहिंदे टीम बाबा फतेह सिंह कबड्डी क्लब घुगशोर ऐन गल्लां हुंदियां शंदौज हुंदियां ए झूठे जिनी जान वाला ललकारा मार दे ओने कोटर मारयो नन्ने सले क्रैप पाउण दे लई बढ़िया होया मेरे वीरे गोरा भैणी बाईए वाला सोनी ढोड्या वाले दे नाल संपर्क कर लवे अगला मुकाबला ढोडे ते घलकला दा खेड़िया जाणा है ढोले नन्नी दी रेड पै रही है हुण देख लै उधर नौजवान एक कीपा भूंदर वाला ते पॉइंट कहंदे लाओ किकी खीरा वालियां इसलै कबड्डी पा रहा मेरे वीरे लाओ कहंदे तीन ट्रैक्टर जिते आ मुंडे ने दुनिया दे विच नां चलदा मेरे वीरे खीरा वालिए फतेह सिंह सरपंच दे पुत्तर दा प्लीज जिहड़े खिडारी नहीं खेडदे नित्या
ਆਪਾਂ ਸਾਰੇ ਖਿਡਾਰੀਆਂ ਨੂੰ ਇੱਕ ਸਾਈਡ ਤੇ ਕਰਕੇ ਬਿਠਾ ਲਈਏ, ਬੜੀ ਮਿਹਰਬਾਨੀ ਹੋਊਗੀ। ਲਓ ਖੀਰਾਂ ਵਾਲੀਆਂ ਕੱਕੀ ਮੇਰੇ ਵੀਰੋ ਕਬੱਡੀ ਪਾ ਰਿਹਾ। ਦੂਜੇ ਪਾਸੇ ਕਹਿੰਦੇ ਅਮਰਤ ਔਲਖ ਹੈ ਤੇ ਪਰ ਖੀਰਾਂ ਵਾਲਦਾ ਗੱਗੀ। ਸਾਈ ਜੀ ਕਹਿੰਦੇ 500 ਰੁਪਈਆ ਗੱਗੀ ਖੀਰਾਂ ਵਾਲੀ ਇਹਦੇ ਲਈ ਹੈ, ਇਹ ਮਾਂ ਦੇ ਗੱਫੇ। ਲਓ ਰਾਜੂ ਚੌੜੇ ਮਧਰੇ ਵਾਲਾ ਮੇਰੇ ਵੀਰੋ 1000 ਸਾਈ ਜੀ ਵੱਲੋਂ ਕਹਿੰਦੇ ਗੱਗੀ ਦੇ ਲਈ ਹੈ ਤੇ 500 ਅਮਰਤ ਔਲਖ ਦੇ ਲਈ ਮਾਂ ਦੇ ਗੱਫੇ ਹੈ। ਲਓ 1000 ਗੱਗੀ ਦਾ, 500 ਇਧਰ ਜਾਫੀ ਦਾ ਮੇਰੇ ਵੀਰੋ। ਲਓ ਇਸ ਵੇਲੇ ਰੇਡ ਪੈ ਰਹੀ ਹੈ ਮੇਰੇ ਵੀਰੋ। ਰਾਜੂ ਦੀ ਤੇ ਕੀਪਾ ਭੁੰਨਣ ਵਾਲਾ ਬੱਲੇ ਬੱਲੇ ਵੇਖਦਾ ਹੈ ਇਲਾਕਾ ਤੇ ਕਹਿੰਦੇ ਕਾਲਾ ਭੁੰਨਣ ਵਾਲਾ ਵੀ ਪੁੱਜਿਆ ਹੋਇਆ ਹੈ। ਆਪਣੀ ਟੀਮ ਨੂੰ ਲੈ ਕੇ ਲੱਖੇ 46 ਵਾਲੇ ਦੇ ਨਾਲ ਪੰਗਾ ਪਿਆ ਹੋਇਆ ਕਹਿੰਦੇ 1 ਮਹੀਨੇ ਤੋਂ। ਅੱਜ ਲੱਗ ਜੂ ਪਤਾ ਟੀਮ ਕਿਹਦੀ ਜਿੱਤਦੀ ਹੈ। ਇਹਦੇ ਨੌਜਵਾਨ ਦੀ ਰੇਡ ਜੱਗੀ ਭੁੰਦਰ ਵਾਲੇ ਦੀ ਕਹਿੰਦੇ ਖੇਡ ਮੈਦਾਨ ਦੇ ਵਿੱਚ ਪੈ ਰਹੀ ਹੈ। ਇੰਦਰਜੀਤ ਜੋਂਟੀ ਇਹ ਕਹਿੰਦੇ ਕਲਸੀਆਂ ਪਿੰਡ ਰਾਏਕੋਟ ਦਾ ਇਲਾਕਾ ਹੈ, ਉਹ ਵੇਖਣਾ ਨੀ ਇਸ ਵੇਲੇ ਨੌਜਵਾਨ ਜੋਂਟੀ ਕਲਸੀਆਂ ਵਾਲਾ। ਤੇ ਦੂਸਰੇ ਪਾਸੇ ਜੱਗੀ ਭੁੰਦਰ ਵਾਲਾ, ਦੋਨੋਂ ਖਿਡਾਰੀਆਂ ਦੇ ਦਰਮਿਆਨ ਚੱਲਦਾ ਹੋਇਆ ਮੁਕਾਬਲਾ। ਸਮਾਂ ਬੀਤਦਾ ਜਾ ਰਿਹਾ, ਬੱਲੇ ਬੱਲੇ ਹੋਈ ਪਈ ਹੈ ਨਕੋਦਰ ਨੇ ਕਬੱਡੀ ਕੱਪ ਦੀ। ਲਓ ਮੇਰੇ ਦਰਸ਼ਕ ਵੀਰੋ, ਜਾਲ ਤੋਂ ਥੋੜਾ ਥੋੜਾ ਪਿੱਛੇ ਨੂੰ ਹਟ ਜਾਓ ਕਿਉਂਕਿ ਲਾਈਟਾਂ ਜਿਹੜੀਆਂ ਚੈੱਕ ਕੀਤੀਆਂ ਜਾ ਰਹੀਆਂ। ਮੇਰੇ ਵੀਰਾਂ ਨੂੰ ਬੇਨਤੀ ਹੈ ਵੀ ਆਪਾਂ ਜਾਲ ਤੋਂ ਥੋੜਾ ਥੋੜਾ ਪਿੱਛੇ ਨੂੰ ਹਟ ਜਾਣਾ, ਬੜੀ ਮਿਹਰਬਾਨੀ ਹੋਊਗੀ। ਜਿਹੜੇ ਮੇਰੇ ਵੀਰ ਜਾਲ ਦੇ ਨਾਲ ਖੜੇ ਹੈ, ਜਿਹੜੇ ਨਹੀਂ ਖੇਡਦੇ ਉਹ ਪਲੀਜ਼ ਇੱਕ ਸਾਈਡ ਤੇ ਹੋ ਕੇ ਬੈਠ ਜਾਣਗੇ, ਬੜੀ ਮਿਹਰਬਾਨੀ ਹੋਊਗੀ। ਲਓ ਇਹ ਆ ਸ਼ੰਕਰ ਮੇਰੇ ਵੀਰੋ, ਕੋਈ ਸ਼ੰਕਰ ਕਹਿੰਦਾ ਤੇ ਕੋਈ ਸ਼ਿੰਕੀ ਕਹਿੰਦਾ ਨੌਜਵਾਨ ਨੂੰ। ਬਾਬੂ ਔਲਖ ਦਾ ਖਿਡਾਰੀ ਇਸ ਵੇਲੇ ਪੜ੍ਹ ਲੈ ਕੇ ਵਾਪਸ ਜਾਂਦਾ ਹੋਇਆ ਆਪਣੀ ਟੀਮ ਦੇ ਲਈ। ਕਹਿੰਦੇ ਨੌਜਵਾਨ ਜੰਟੀ ਦੇ ਲਈ, ਜੰਟੀ ਦੇ ਲਈ ਤੇ 500 ਗੱਗੀ ਦੇ ਲਈ ਸਾਈ ਜੀ ਵੱਲੋਂ ਆਇਆ। ਲਓ ਸਾਹਮਣੇ ਇਸ ਵੇਲੇ ਕਹਿੰਦੇ ਨੌਜਵਾਨ ਇਹ ਇੰਦਰਜੀਤ ਕਲਸੀਆਂ, ਇੰਦਰਜੀਤ ਕਲਸੀਆਂ ਵਾਲਾ 500 ਰੁਪਇਆ ਇੰਦਰਜੀਤ ਲਈ ਮੇਰੇ ਵੀਰੋ, ਇਹ ਸਾਈ ਜੀ ਵੱਲੋਂ ਹੈ। ਇੰਦਰਜੀਤ ਨੂੰ ਪੁੱਛਿਆ ਵੀ ਡੋਲੇ ਤੇ ਫੋਟੋ ਕਿਹਦੀ ਬਣਾਈ ਹੈ, ਕਹਿੰਦਾ ਜਿਹੜੇ ਭਲਵਾਨ ਕੋਲੇ ਮੈਂ ਮਿਹਨਤ ਕਰਦਾ ਕਰਮੇ ਭਲਵਾਨ ਦੀ ਫੋਟੋ ਆਪਣੇ ਡੋਲੇ ਤੇ ਬਣਾਈ ਹੈ ਮੇਰੇ ਵੀਰੋ, ਆਪਣੇ ਉਸਤਾਦ ਦੀ ਫੋਟੋ ਜਿਹੜੀ ਹੈ ਇਸ ਨੌਜਵਾਨ ਨੇ ਆਪਣੇ ਡੋਲੇ ਤੇ ਬਣਾਈ ਹੈ। ਲਓ ਨੌਜਵਾਨ ਵੈਰੋਕੇ ਵਾਲਾ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ। ਪਿੱਥੋਂ ਵਾਲਾ ਤਿਆਰ ਹੈ, ਨਾਲ ਖੀਰਾਂ ਵਾਲੀ ਹੈ, ਖੇਰਾਂ ਵਾਲਾ ਤੀਰਥ ਵੀ ਤਿਆਰ ਹੈ। ਲਓ ਮੇਰੇ ਪੰਜਾਬੀ ਵੀਰੋ ਨਿਰਮਲ ਲੋਪੋਕੇ ਵਾਲਾ ਕਬੱਡੀ ਪਾ ਕੇ ਪਾਉਣ ਲੱਗੇ ਵਾਪਸ ਜਾਂਦਾ ਹੋਇਆ ਆਪਣੀ ਟੀਮ ਦੇ ਲਈ। ਇਹ ਹੈ ਲੋਪੋਕੇ ਵਾਲਾ ਜ਼ਿਲ੍ਹੇ ਗੁਰਦਾਸਪੁਰ ਦਾ ਨਿਰਮਲ ਆਪਣੀ ਟੀਮ ਦੇ ਲਈ ਪਾਉਣ ਦਾ ਵਾਅਦਾ ਕਰਦਾ ਹੋਇਆ। ਆਹ ਖਿਡਾਰੀ ਦਾ ਕਹਿੰਦੇ ਝੋਲਾ ਪਿੰਡ ਹੈ ਮੇਰੇ ਵੀਰੋ, ਰਾਏਕੋਟ ਬਸਤੀਆਂ ਕਿਰਵਲ ਦਾ ਇਲਾਕਾ ਹੈ। ਲਓ ਸਾਹਮਣੇ ਸੋਨੀ ਦੀ ਇਸ ਵੇਲੇ ਕਬੱਡੀ ਪੈ ਰਹੀ ਹੈ। ਹੁਣ 4 ਜਾਫੀ ਬਾਬੂ ਔਲਖ ਦੀ ਟੀਮ ਦੇ ਖਿਡਾਰੀ ਕਹਿੰਦੇ ਖੇਡ ਰਹੇ ਅੱਜ ਘੁਗਸ਼ੋਰ ਦੀ ਟੀਮ ਦੇ ਲਈ। ਸੁੱਖੇ ਘੁਗਸ਼ੋਰੀਏ ਦੀ ਕਹਿੰਦੇ ਟੀਮ ਹੈ, ਸਾਬੀ ਕਲਾਰ ਹੋਰਾਂ ਦੀ ਸਪੋਂਸਰ ਕੀਤੀ ਹੋਈ ਕਹਿੰਦੇ ਟੀਮ ਮੇਰੇ ਵੀਰੋ। ਆਹ ਮੁੰਡਾ ਕਹਿੰਦੇ ਕਬੱਡੀ ਦਾ ਕਮਾਲ ਦਾ ਰੇਡਰ ਹੈ ਮੇਰੇ ਵੀਰੋ, ਜੋਧਾ ਘੱਸ ਪਿੰਡ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਤਿਆਰ ਹੈ ਮੇਰੇ ਵੀਰੋ। ਜੋਧੇ ਦੀ ਕਬੱਡੀ ਪੈ ਰਹੀ ਹੈ। ਲਓ ਜੋਧਾ ਘੱਸ ਪਿੰਡ ਵਾਲਾ ਕਹਿੰਦੇ ਇਸ ਵੇਲੇ ਕਬੱਡੀ ਪਾ ਰਿਹਾ। ਪਿੰਕੇ ਸੇਖੋ ਨੂੰ ਮਾਰ ਹੈ, ਫਾਉਲ ਲੈਣ ਵਾਲੇ ਨੂੰ ਕਹਿੰਦੇ ਇਸ ਵੇਲੇ ਪਈ ਹੋਈ ਰੇਡ ਤੇ। ਪਿੱਥੋਂ ਵਾਲੇ ਕਹਿੰਦੇ 57 ਮੋਟਰਸਾਈਕਲ ਜਿੱਤੇ ਹੈ ਤੇ ਜੋਧਾ ਘੱਸ ਵਾਲਾ ਦੁਨੀਆ ਦਾ ਮਹਾਨ ਕਬੱਡੀ ਖਿਡਾਰੀ ਹੈ ਮੇਰੇ ਵੀਰੋ, ਜ਼ਿਲ੍ਹੇ ਗੁਰਦਾਸਪੁਰ ਦਾ। ਜਿਹੜੇ ਵੀ ਪਾਸੇ ਪਹਿਲਾਂ ਜੱਫਾ ਲੱਗੂ ਤੇ 1000 ਰੁਪਇਆ ਕਹਿੰਦੇ ਸਾਈਂ ਜੀ ਵੱਲੋਂ ਦਿੱਤਾ ਜਾਣਾ ਹੈ, 1000 ਦਾ ਮਾਣ। ਜਿਹੜੇ ਵੀ ਪਾਸੇ ਪਹਿਲਾਂ ਜੱਫਾ ਲੱਗੂਗਾ ਮੇਰੇ ਵੀਰੇ ਸਾਈਂ ਜੀ ਵੱਲੋਂ ਦਿੱਤੇ ਜਾਣਗੇ। ਲਓ ਇਸ ਵੇਲੇ ਬਾਰੂ ਰੁੜਕੀ ਵਾਲਾ ਲੱਖਾਂ ਕੋਠੇ ਜੱਟਾਂ ਦਾ ਅਮਰਤ ਨਾਲ ਕਹਿੰਦੇ ਨੌਜਵਾਨ ਚੌੜੇ ਮਧਰੇ ਵਾਲਾ। ਲਓ ਮੁਕਾਬਲਾ ਸਖਤ, ਬੱਲੇ 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 ਹੋ ਗਈ ਮੇਰੇ ਵੀਰੇ। ਪਰ ਰੁੜਕੀ ਵਾਲਾ ਬਾਰੂ ਇਸ ਵੇਲੇ ਬਾਬਾ ਭਾਈ ਸਾਧੂ ਕਬੱਡੀ ਕਲੱਬ ਰੁੜਕੀ ਦੀ ਰੁੜਕੀ ਪਿੰਡ ਦੀ ਗੱਲ ਹੁੰਦੀ ਹੈ। ਕਹਿੰਦੇ ਜੀਤੀ ਕੂਨਰ ਦਾ ਨਾਮ ਆਉਂਦਾ ਜਿਹਨੇ ਇੰਗਲੈਂਡ ਦੇ ਵਿੱਚ ਐਨ ਆਪਣੀ ਕਹਿੰਦੇ ਜਾਫ ਦਾ ਸਿੱਕਾ ਚਲਾਇਆ ਮੇਰੀ। ਲਓ ਨੰਨੀ ਗੋਪਾਲਪੁਰੀਆ ਮੇਰੇ ਵੀਰੋ ਕਿ ਗੱਭਰੂ ਸ਼ਕੀਨ ਹੈ ਬੱਖਰੀ ਦੀ ਤੋਰ ਦਾ, ਕਰਦਾ ਹੈ ਮਾਣ ਕਹਿੰਦੇ ਸੁੱਖਾ ਘੁਗਸ਼ੋਰ ਦਾ। ਲੱਗੇ ਨਾ ਅੰਦਾਜ਼ਾ ਲੋਕੋ ਨੰਨੀ ਦੇ ਹਜ਼ੂਰ ਦਾ, ਲੱਗੇ ਨਾ ਅੰਦਾਜ਼ਾ ਲੋਕੋ ਨੰਨੀ ਦੇ ਹਜ਼ੂਰ ਦਾ। ਇਸੇ ਇਲਾਕੇ ਦਾ ਬਾ ਇਹਦਾ ਹੇਰਾ ਪਿੰਡ ਹੈ ਨੌਜਵਾਨ ਦਾ ਮੇਰੇ ਵੀਰੋ, ਤੀਰਥ ਜਿੱਥੇ ਕਹਿੰਦੇ ਸਾਈ ਜੀ ਨੇ ਆਪਣਾ ਬਚਪਨ ਗੁਜ਼ਾਰਿਆ ਮੇਰੇ ਵੀਰੋ। ਹੇਰਾ ਪਿੰਡ ਲਾਗਲਾ ਪਿੰਡ ਹੈ,
ਤੇ ਵੇਖਣਾ ਗੱਗੀ ਖੀਰਾਂ ਵਾਲੀ ਹੈ ਲਾ ਉਧਰ ਮੈਨੂੰ ਲੱਗਦਾ ਵੀ 500 ਪਹੁੰਚ ਚੁੱਕੇ ਆ ਤੀਰਥ ਦੇ ਲਈ ਤੇ 1000 ਨੰਨੀ ਦੇ ਲਈ ਮੇਰੇ ਵੀਰੋ ਐਨ ਮਾਣ ਸਨਮਾਨ ਆਸ਼ੀਰਵਾਦ ਗੱਗੀ ਗੱਗੀ ਖੀਰਾਂ ਵਾਲੀ ਹੈ ਪਰ ਸਾਹਮਣੇ ਕਹਿੰਦੇ ਇਸ ਲਈ ਰਾਜਪੁਰ ਭਾਈਆਂ ਦੀ ਗੱਲ ਹੁੰਦੀ ਹੈ ਬੰਟੀ ਜੱਸੇ ਦਾ ਨਾਂ ਐਨ ਦੁਨੀਆਂ ਦੇ ਵਿੱਚ ਮੇਰੇ ਵੀਰੋ ਮਸ਼ਹੂਰ ਹੈ ਤਕੜਾ ਜੱਫਾ ਹੈ ਅਗਲੀ ਰੇਡ ਖੇਡ ਮੈਦਾਨ ਦੇ ਵਿੱਚ ਕਹਿੰਦੇ ਰਾਜੂ ਪਾਉਣ ਦੇ ਲਈ ਵੱਧ ਰਿਹਾ ਮੇਰੇ ਵੀਰੋ ਰਾਜੂ ਕਬੱਡੀ ਪਾਉਣ ਦੇ ਲਈ ਵੱਧ ਰਿਹਾ ਉਧਰ ਕਹਿੰਦੇ ਸਾਡੇ ਆਲਮਗੀਰ ਦੀ ਦਿਆਲਪੁਰ ਬਾਰੇ ਕਲੇਰ ਸਾਹਿਬ ਚਹਾਨ ਸਾਹਿਬ ਅਮਰੀਕ ਉਹਨਾਂ ਨੇ ਸਾਰਿਆਂ ਨੇ ਹਾਜ਼ਰੀ ਲਵਾਈ ਹੈ ਲਓ ਕੀ ਕਹਿੰਦੇ ਟੀਮਾਂ ਲੈ ਕੇ ਪੁੱਜੇ ਹੋਏ ਹੈ ਸਾਈਂ ਜੀ ਵੱਲੋਂ ਕਹਿੰਦੇ 21-21 ਰੁਪਇਆ ਦੋਨੋਂ ਟੀਮਾਂ ਦੇ ਲਈ ਆਇਆ ਮੇਰੇ ਵੀਰੋ 21-21 ਜਿਹੜਾ ਹੈ ਲੈ ਵੀ ਬਿੰਦੂ ਫਰਾਲੇ ਵਾਲਿਆ ਇਹ ਫੜਦੀ 2100 ਰੁਪਇਆ ਸਾਈਂ ਜੀ ਵੱਲੋਂ ਤੇਰੀ ਟੀਮ ਦੇ ਲਈ ਹੈ ਤੇ ਦੂਸਰੇ ਪਾਸੇ ਰਿੰਕੂ ਜੀ ਤੁਹਾਡੀ ਟੀਮ ਦੇ ਲਈ 2100 ਰੁਪਇਆ ਜਿਹੜਾ ਹੈ ਬਹੁਤ ਬਹੁਤ ਧੰਨਵਾਦ ਹੈ ਬਾਬਾ ਭਾਈ ਸਾਧੂ ਕਬੱਡੀ ਕਲੱਬ ਰੁੜਕਾ ਰੁੜਕੇ ਦੇ ਕਹਿੰਦੇ ਸਿੰਧੂ ਭਰਾਵਾਂ ਦੀ ਗੱਲ ਹੁੰਦੀ ਹੈ ਅਮਰੀਕਾ ਦੇ ਵਿੱਚ ਬੇਰੀਆ ਕਬੱਡੀ ਕਲੱਬ ਦਾ ਨਾਮ ਹੈ ਅਮਰੀਕਾ ਦੇ 5 ਕੱਪ ਜਿੱਤਣ ਦਾ ਮਾਣ ਹੈ ਬਲਜੀਤ ਸਿੰਘ ਸੰਧੂ ਦੀ ਟੀਮ ਨੂੰ ਮੇਰੇ ਵੀਰੋ ਉਹਨਾਂ ਦੀ ਸਪੌਂਸਰ ਕੀਤੀ ਹੋਈ ਟੀਮ ਖੇਡ ਰਹੀ ਹੈ ਤੇ ਦੂਸਰੇ ਪਾਸੇ ਘੁੱਗਸ਼ੋਰ ਦੀ ਟੀਮ ਹੈ ਵੇਖਣਾ ਵੀ ਹੁਣ ਕਿਹੜਾ ਜਾਫੀ ਲਾਊ ਜਫਾ ਤੇ ਜੱਗੀ ਭੂੰਦਰ ਦਾ ਕਹਿੰਦੇ ਰਾਮਪੁਰਾ ਜ਼ਿਲ੍ਹੇ ਬਠਿੰਡੇ ਦੀਆਂ ਗੱਲਾਂ ਹੁੰਦੀਆਂ ਲਓ ਪੁਆਇੰਟ ਜਿਹੜਾ ਇਸ ਵੇਲੇ ਨੌਜਵਾਨ ਧਾਵੀ ਨੇ ਆਪਣੀ ਟੀਮ ਦੇ ਲਈ ਜ਼ੋਰ ਦਿੱਤਾ ਲਓ ਆਹ ਨੌਜਵਾਨ ਦੇ ਸਰੀਰ ਦੇ ਵਿੱਚ ਕਹਿੰਦੇ ਬੜੀ ਜਾਨ ਹੈ ਮੇਰੇ ਵੀਰੋ ਬੇਸ਼ੱਕ ਸਰੀਰ ਉਹਨਾਂ ਫਿੱਟ ਨਹੀਂ ਪਰ ਸਰੀਰ ਦੇ ਵਿੱਚ ਕਹਿੰਦੇ ਜਾਨ ਬੜੀ ਹੈ ਮੇਰੇ ਵੀਰੋ ਲਓ ਪਿੱਠੋਂ ਵਾਲਾ ਸ਼ੀਰਾ ਇਸ ਵੇਲੇ ਕਰਦਾ ਹੋਇਆ ਟਰਾਈ ਤੇ ਸ਼ੰਕਰ ਸੰਧਵਾ ਵਾਲਾ ਜ਼ਿਲ੍ਹੇ ਗੁਰਦਾਸਪੁਰ ਦਾ ਲੈ ਵੀ ਸੁੱਖਿਆ ਹੀਰਾ ਵੀ ਤਲਵੰਡੀ ਚੌਧਰੀਆਂ ਵਾਲਾ ਪੁੱਜਿਆ ਹੋਇਆ ਨੌਜਵਾਨ ਹੈ ਤੇ ਖੇਡ ਮੈਦਾਨ ਅੰਦਰ ਝੋਲਣਾ ਵਾਲਾ ਸੋਨੀ ਲੈ ਵੀ ਹੈਲੀਕਾਪਟਰ ਵਾਲਾ ਇੱਧਰ ਨੂੰ ਵੀ ਜਰਾ ਮਾਰ ਕੇ ਜਾਈ ਥੋੜੀ ਹਵਾ ਹੈਲੀਕਾਪਟਰ ਵਾਲੇ ਨੂੰ ਮੇਰੀ ਬੇਨਤੀ ਹੈ ਵੀ ਰੁਪਿੰਦਰ ਨੇ ਸੱਤ ਤੇਰੀ ਬੋਲਤਾ ਹੈਲੀਕਾਪਟਰ ਲਿਆ ਹੁਣ ਉਧਰ ਪਿੰਡਾਂ ਮੂਲੇ ਵਾਲੀਆਂ ਤੇ ਕਹਿੰਦੇ ਜੱਗਾ ਮੂਲੇ ਵਾਲੀਆਂ ਸਲੋਹ ਤੋਂ ਆਨੰਦ ਮਾਣ ਰਹੇ ਇੰਗਲੈਂਡ ਤੋਂ ਮੇਰੇ ਵੀਰੋ ਲਓ ਨੌਜਵਾਨ ਗੱਭਰੂ ਇਸ ਵੇਲੇ ਸੋਨੀ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਸਲੋਹ ਦੀ ਗੱਲ ਹੋਈ ਹੈ ਜਹਾਨ ਸਾਹਿਬ ਨੇ ਲਿਖਿਆ ਸੀ ਕਿਤੇ ਲੱਗਦੇ ਨੇ ਜੱਫੇ ਸਾਊਥ ਹਾਲ ਅੰਦਰ ਕਿਤੇ ਟਰੰਟੋ ਦੇ ਵਿੱਚ ਬਣੀ ਧਾਵੀ ਦੀ ਰੇਲ ਹੁੰਦੀ ਅੱਜ ਨਕੋਦਰ ਦੇ ਵਿੱਚ ਕਹਿੰਦੇ ਕਬੱਡੀ ਹੈ ਖੇਡ ਹੁੰਦੀ ਵੇਖੋ ਸਾਹਮਣੇ ਨਜ਼ਾਰਾ ਇਸ ਵੇਲੇ ਨੌਜਵਾਨ ਲੋਪੂ ਕੇ ਵਾਲਾ ਮੇਰੇ ਵੀਰੋ ਨਿਰਮਲ ਕਬੱਡੀ ਪਾ ਰਿਹਾ ਹੈ ਲੈਣੀ ਭੂੰਦਰ ਵਾਲਿਆ ਦੁਨੀਆਂ ਜੱਫਾ ਦੇਖਣਾ ਚਾਹੁੰਦੀ ਹੈ ਗੁੱਟ ਵਾਲਾ ਕੀਤਾ ਭੂੰਦਰ ਵਾਲਾ ਜੇ ਜੱਫਾ ਲਾ ਗਿਆ ਤੇ ਵੱਡੇ ਮਾਣ ਕੀਤੇ ਜਾਣਗੇ ਸਾਈਂ ਜੀ ਵੱਲੋਂ ਪਰ ਵੇਖਣਾ ਨੌਜਵਾਨ ਨਿਰਮਲ ਨਿੰਮਾ ਇਸ ਵੇਲੇ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਆਪਣੀ ਟੀਮ ਦੇ ਲਈ ਕਮਲਪ੍ਰੀਤ ਸਟੂਡੀਓ ਮਹਿਲ ਕਲਾਂ ਵਾਲੇ ਵੀਰ ਦਾ ਧੰਨਵਾਦ ਹੈ ਜਿਹੜੇ ਆਪਣੇ ਕੈਮਰੇ ਦੀ ਅੱਖ ਦੇ ਵਿੱਚ ਇੱਕ ਇੱਕ ਕਬੱਡੀ ਨੂੰ ਬੰਦ ਕਰ ਰਿਹਾ ਤੇ ਕਬੱਡੀ 365.com ਜਿੰਦਰ ਕਹਿੰਦੇ ਸਟਿਲ ਕੈਮਰਾਮੈਨ ਤੇ ਵੀਡੀਓ ਕੈਮਰਾਮੈਨ ਸੇਵਕ ਮਾਣੂ ਕੇ ਵਾਲਾ ਤੇ ਅੱਜ ਕਹਿੰਦੇ ਮਿੱਠੂ ਨੇ ਐਨ ਸਿਰੇ ਦੀਆਂ ਰੇਡਾਂ ਪਾ ਕੇ ਕਹਿੰਦੇ ਕਬੱਡੀ 365 ਤੇ ਕਬਜ਼ਾ ਕਰ ਲਿਆ ਮੇਰੇ ਵੀਰੋ ਇਹਦੇ ਨੌਜਵਾਨ ਖੇਡ ਮੈਦਾਨ ਦੇ ਵਿੱਚ ਜੁੰਟੀ ਤੇ ਪੁਆਇੰਟ ਕਹਿੰਦੇ ਇਸ ਲਈ ਇਹ ਹੈ ਰੁੜਕੀ ਪਿੰਡ ਦਾ ਬਾਰੂ ਤੁਹਾਡੇ ਤੇ ਘੱਲ ਕਲਾਂ ਅਗਲੇ ਮੈਚ ਦੀਆਂ ਟੀਮਾਂ ਜਲਦੀ ਦੇ ਨਾਲ ਗਰਾਊਂਡ ਦੇ ਵਿੱਚ ਆ ਜਾਣ ਤੁਹਾਡੇ ਵਰਸੇ ਜੀ ਘੱਲ ਕਲਾਂ ਲਓ ਤੁਹਾਡੇ ਤੇ ਘੱਲ ਕਲਾਂ ਦੀਆਂ ਟੀਮਾਂ ਤਿਆਰ ਰਹਿਣਗੀਆਂ ਲਓ ਜੋਧਾ ਮੇਰੇ ਵੀਰੋ ਇਸ ਵੇਲੇ ਕਬੱਡੀ ਪਾ ਰਿਹਾ ਘੱਸ ਪਿੰਡ ਦਾ ਕਹਿੰਦੇ ਜੋਧਾ ਇਸ ਵੇਲੇ ਕਬੱਡੀ ਪਾ ਰਿਹਾ ਚਾਰ ਜਾਫੀਆਂ ਦੇ ਵਿੱਚੋਂ ਹੁਣ ਕੌਣ ਜਫਾ ਲਾਵੇਗਾ ਗੱਲ ਸਮੇਂ ਦੀ ਹੈ ਲਓ ਪਈ ਹੋਈ ਰੇਡ ਨੌਜਵਾਨ ਗੱਭਰੂ ਦੀ ਇੱਕ ਕਹਿੰਦੀ ਤੇ ਸਿੱਪੀ ਕਹਿੰਦੇ ਖੀਰਾ ਮਾਰੀ ਹੈ ਤਾਰੀ ਖੀਰਾ ਮਾਰੀ ਹੈ ਪਿੱਥੋਂ ਵਾਲਾ ਸ਼ੀਰਾ ਲਓ ਸਾਹਮਣੇ ਇਹ ਹੈ ਕਹਿੰਦੇ ਤਾਰੀ ਖੀਰਾ ਮਾਰੀ ਹੈ ਤੇ ਜੋਧਾ ਕਹਿੰਦੇ ਐਨ ਪੁਆਇੰਟ ਨੈਬ ਸਿੰਘ ਡੈਣੀ ਦਿੜਬੇ ਵਾਲਾ ਦਿੜਬਾ ਪਿੰਡ ਘਮਾਣਾ ਦਾ ਪਿੱਪਲ ਮਸ਼ਹੂਰ ਹੈ ਕੱਪ ਮਸ਼ਹੂਰ ਹੈ ਕਹਿੰਦੇ ਨੈਸ਼ਨਲ ਸਟਾਈਲ ਕਬੱਡੀ ਦੇ ਵਿੱਚ ਵੱਡਾ ਨਾਮ ਹੈ ਆਏ ਕਿ ਖੀਰਾਂ ਵਾਲੀ ਹੈ ਜਿਸ ਗੱਭਰੂ ਦੀਆਂ ਕਹਿੰਦੇ ਦੁਨੀਆਂ ਵਿੱਚ ਧੁੰਮਾਂ ਨੇ ਮੇਰੇ ਵੀਰੋ ਤੇ ਜਿਹਨੇ ਕਹਿੰਦੇ ਤਿੰਨ ਟਰੈਕਟਰ ਜਿੱਤੇ ਆ ਜਿੱਤੇ ਕਿਸੇ ਨੇ ਸਾਈਂ ਜੀ ਚਾਰ ਜਿੱਤਤੇ ਉਹਦੇ ਗੱਗੀ ਦਾ ਰਿਕਾਰਡ ਟੱਟੂ ਤੇ ਜਦੋਂ ਕਹਿੰਦੇ ਨੈਨੋ ਜਿੱਤੀ ਤੇ ਬੱਦੋਵਾਲ ਦੀ ਨੈਨੋ ਮੇਰੇ ਵੀਰੋ ਇਸ ਦਰਬਾਰ ਤੇ ਚੜਾਈ ਗਈ ਹੈ ਲਓ ਲੈ ਵੀ ਜੀਦੀਪ ਵੇਖ ਇਹਨੂੰ ਝੋਟੇ ਜਿੰਨੀ ਜਾਣ ਵਾਲਾ ਰੇਡਰ ਕਹਿੰਦਾ ਹੈ ਇਹਨੇ 2 ਅਲਟੋ ਜਿੱਤੀਆਂ ਲੰਡੀ ਜੀਪ ਜਿੱਤੀ ਹੈ 911 ਜਿੱਤਿਆ ਫੋਰ ਜਿੱਤਿਆ ਇਹ ਤਰਿੰਦਰ ਸਿੰਘ ਨੰਨੀ ਗੋਪਾਲਪੁਰ ਦੀ ਧਰਤੀ ਦਾ ਦੁਨੀਆਂ ਦਾ ਮੰਨਿਆ ਪਰਮੰਨਿਆ ਖਿਡਾਰੀ ਇਸ ਵੇਲੇ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਆਪਣੀ ਟੀਮ ਦੇ ਲਈ ਲਓ ਗੱਲਾਂ ਹੋ ਰਹੀਆਂ ਨੇ ਅੱਜ ਟਰੈਕਟਰਾਂ ਦੇ ਜੇਤੂ ਪੁੱਜੇ ਹੋਏ ਆ
ਹੈ ਮੇਰੇ ਵੀਰੋ ਗੱਡੀਆਂ ਦੇ ਜੇਤੂ ਵੱਡੇ ਇਨਾਮ ਨੇ ਖੇਡ ਕਬੱਡੀ ਦੇ ਵਿੱਚ ਗੱਲਾਂ ਹੋ ਰਹੀਆਂ ਨੇ ਨਕੋਦਰ ਦੇ ਕਬੱਡੀ ਕੱਪ ਦੀਆਂ ਪੂਰੀ ਦੁਨੀਆਂ ਦੇ ਵਿੱਚ ਆਨੰਦ ਮਾਣਿਆ ਜਾ ਰਿਹਾ ਹੈ ਕਬੱਡੀ 365.com ਇੱਕ ਇੱਕ ਕਹਿੰਦੇ ਪਲ ਨੂੰ ਇੱਕ ਇੱਕ ਦ੍ਰਿਸ਼ ਨੂੰ ਠੀਕ 7 ਸੈਕਿੰਡ ਦੇ ਬਾਅਦ ਪੂਰੀ ਦੁਨੀਆਂ ਦੇ ਵਿੱਚ ਕਹਿੰਦੇ ਆਹ ਦ੍ਰਿਸ਼ ਪੁੱਜਿਆ ਨਾ ਮੇਰੇ ਵੀਰੋ ਇਸ ਵੇਲੇ ਪਈ ਹੋਈ ਨੌਜਵਾਨ ਦੀ ਰੇਡ ਲੈ ਵੀ ਮਨਦੀਪ ਮਹਿੜੂ ਮਾਰਿਆ ਗੱਲ ਸਿਰੇ ਲੱਗੀ ਪਈ ਹੈ ਆਏ ਮੁੰਡਾ ਇੰਦਰਜੀਤ ਫੁੱਲਾ ਮਾਰੀਆ ਕਹਿੰਦੇ ਸਿਰੇ ਦਾ ਖਿਡਾਰੀ ਹੋਇਆ ਸ਼ਿੰਦਰੀ ਇੰਦਰਜੀਤ ਦੀਆਂ ਬਾਜੀ ਜਾਣਦੀਆਂ ਗੱਲਾਂ ਹੋਈਆਂ ਕੱਲ ਰਾਜੂ ਚੌੜੇ ਮਧਰੇ ਵਾਲਾ ਮੇਰੇ ਵੀਰੋ ਇਹ ਹੈ ਜ਼ਿਲ੍ਹੇ ਗੁਰਦਾਸਪੁਰ ਦਾ ਅੱਜ ਮੈਨੂੰ ਨਹੀਂ ਲੱਗਦਾ ਵੀ ਕਿਸੇ ਜ਼ਿਲ੍ਹੇ ਦਾ ਪਲੇਅਰ ਰਹਿ ਗਿਆ ਹੋਊ ਮੇਰੇ ਵੀਰੋ ਨਕੋਦਰ ਦੀ ਧਰਤੀ ਤੇ ਆਉਣ ਵੱਲੋਂ ਤੇ ਮੈਨੂੰ ਨਹੀਂ ਲੱਗਦਾ ਵੀ ਕਿਸੇ ਜ਼ਿਲ੍ਹੇ ਦਾ ਦਰਸ਼ਕ ਰਹਿ ਗਿਆ ਹੋਣਾ ਇਸ ਨਕੋਦਰ ਦੇ ਕਹਿੰਦੇ ਕਬੱਡੀ ਕੱਪ ਨੂੰ ਵੇਖਣ ਤੋਂ ਵਾਂਝਾ ਰਹਿ ਗਿਆ ਹੋਵੇ ਸਾਈਂ ਜੀ ਜਿਹੜੇ ਨਹੀਂ ਪੁੱਛ ਸਕੇ ਉਹ ਕਹਿੰਦੇ ਕਬੱਡੀ 365.com ਤੇ ਇਹਨਾਂ ਮੈਚਾਂ ਦਾ ਆਨੰਦ ਮਾਣ ਰਹੇ ਹੈ ਇਹ ਰਾਜੂ ਚੌੜੇ ਮਧਰੇ ਵਾਲਾ ਨੌਜਵਾਨ ਗੱਭਰੂ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਦੁਨੀਆ ਮਾਣ ਕਰਦੀ ਇਹਨਾਂ ਦੁਨੀਆ ਦੇ ਸਟਾਰਾਂ ਦੇ ਉੱਤੇ ਲਓ ਮੇਰੀ ਬੇਨਤੀ ਹੈ ਇਧਰ ਪਾਓ ਆਖਰੀ ਉਹਨਾਂ ਨੂੰ ਸੁੱਖੇ ਜੀ ਘੁਗਸ਼ੋਰ ਵਾਲਿਆਂ ਨੂੰ ਪਲੀਜ਼ ਸੁੱਖਾ ਜੀ ਪਲੇਅਰ ਬਹੁਤ ਜ਼ਿਆਦਾ ਖੜੇ ਹੈ ਤੁਸੀਂ ਦਰਸ਼ਕਾਂ ਨੂੰ ਵੱਡਾ ਪਿਆਰ ਕਰਦੇ ਹੋ ਮੇਰੀ ਬੇਨਤੀ ਹੈ ਵੀ ਪਲੀਜ਼ ਆਪਾਂ ਇਹਨਾਂ ਜਿਹੜੇ ਖਿਡਾਰੀ ਨਹੀਂ ਖੇਡਦੇ ਉਹਨਾਂ ਨੂੰ ਬਿਠਾ ਦਈਏ ਲਓ ਰਾਜੇ ਘੋੜੇ ਦੇ ਲਈ 500 ਤੇ 500 ਸੋਨੀ ਝੋੜਾ ਵਾਲੇ ਦੇ ਲਈ ਸਾਈਂ ਜੀ ਵੱਲੋਂ ਆਇਆ ਲੈ ਵੀ ਮਾਇਆ ਦੇ ਗੱਫੇ ਫੜੀ ਵੀ ਰਿੰਕੂ ਇਹ ਰਾਜਾ ਘੋੜਾ ਤੇ ਇੱਧਰ 500 ਰੁਪਇਆ ਜਿਹੜਾ ਹੈ ਲੈ ਵੀ ਨੌਜਵਾਨ ਤੂੰ ਵੀ ਫੜਦਾ ਹੈ ਇਹ ਮਾਇਆ ਦੇ ਗੱਫੇ ਤੇਰੇ ਲਈ ਆ ਨੌਜਵਾਨਾਂ ਇਹ ਸ਼ੰਕਰ ਸੰਧਮਾ ਵਾਲਾ ਮੇਰੇ ਵੀਰੋ ਐਨ ਰੱਜ ਕੇ ਸੁਰੱਖਾ ਮੁੰਡਾ ਹੈ ਸ਼ੰਕਰ ਸੰਧਮਾ ਪਿੰਡ ਦਾ ਰੁੜਕੀ ਪਿੰਡ ਦਾ ਕਹਿੰਦੇ ਬਾਰੂ ਕੀ ਇਸ਼ਾਰਾ ਨੈਬ ਸਿੰਘ ਜੀ ਡੈਰੀ ਜੀ ਕਬੱਡੀ ਪੈ ਰਹੀ ਹੈ ਹੈ ਪੈ ਰਹੀ ਹੈ ਕਬੱਡੀ ਵੇਖਦੇ ਹਾਂ ਸਾਹਮਣੇ ਨੌਜਵਾਨ ਬਰ ਰੁੜਕੀ ਵਾਲੇ ਦੀ ਰੇਡ ਖੇਡ ਮੈਦਾਨ ਦੇ ਵਿੱਚ ਪੈਣ ਜਾ ਰਹੀ ਹੈ ਮੈਂ ਪਹਿਲੇ ਗੱਲ ਕੀਤੀ ਵੀ ਜੀਤੀ ਕੋਨਰ ਦਾ ਸਿੱਕਾ ਚੱਲਿਆ ਮੇਰੇ ਵੀਰੋ ਇੰਗਲੈਂਡ ਦੇ ਖੇਡ ਮੈਦਾਨਾਂ ਵਿੱਚ ਵੀ ਅੱਜ ਵੀ ਬੱਲੇ ਬੱਲੇ ਕਰਵਾਉਂਦਾ ਹੈ ਲਓ ਕੁਲਵੀਰਾ ਛਪਾਰ ਵਾਲਾ ਜੱਫਾ ਨਹੀਂ ਲਾ ਸਕਿਆ ਤੇ ਪੁਆਇੰਟ ਜਿਹੜਾ ਹੈ ਇਸ ਵੇਲੇ ਧਾਵੀ ਦੇ ਹਿੱਸੇ ਜਾ ਜੁੜਿਆ ਨਿਰਮਲ ਲੋਪੋ ਕੇ ਵਾਲਾ ਮੇਰੇ ਵੀਰੋ ਕਬੱਡੀ ਪਾ ਰਿਹਾ ਇਸ ਵੇਲੇ ਖੇਡ ਮੈਦਾਨ ਅੰਦਰ ਅਗਲਾ ਮੈਚ ਤੁਹਾਡੇ ਘੱਲ ਕਲਾਂ ਦੀਆਂ ਟੀਮਾਂ ਦੇ ਦਰਮਿਆਨ ਉਹ ਜਿਹੜੇ ਰੁੜਕੀ ਵਾਲੇ ਸੋਣ ਦਾ ਜੱਫਾ ਦੇਖਣਾ ਚਾਹੁੰਦੇ ਆ ਲਲਕਾਰਾ ਮਾਰਿਓ ਜਰਾ ਲੈ ਵੀ ਸੋਣ ਦੁਨੀਆ ਪਿਆਰ ਕਰਦੀ ਹੈ ਸੋਣ ਨੂੰ ਮੇਰੀ ਵੀਰੋ ਸਾਰੇ ਖਿਡਾਰੀਆਂ ਨੇ ਪਿਆਰ ਕਰਦੀ ਹੈ ਪਰ ਚਹੇਤੇ ਆਪੋ ਆਪਣੇ ਬਣ ਜਾਂਦੇ ਹੈ ਕਿਸੇ ਨੂੰ ਕਿਹਦੀ ਖੇਡ ਵਧੀਆ ਲੱਗਦੀ ਹੈ ਕਿਸੇ ਨੂੰ ਕਿਹਦੀ ਰੇਡ ਵਧੀਆ ਲੱਗਦੀ ਹੈ ਗੱਲ ਸਮੇਂ ਦੀ ਹੈ ਕੋਈ ਕਹਿੰਦਾ ਗੱਗੀ ਦੁਨੀਆ ਦਾ ਸਿਰੇ ਦਾ ਸਟਾਰ ਹੈ ਕੋਈ ਕਹਿੰਦਾ ਗੱਗੀ ਨੂੰ ਜੱਫਾ ਆ ਜਾਫੀ ਲਾ ਦਿੰਦਾ ਪਰ ਜੱਫਾ ਜਿਹਨੇ ਰੇਡ ਪਾਈ ਉਹਨੂੰ ਲੱਗਿਆ ਕੋਈ ਜਾਫੀ ਐ ਨਹੀਂ ਕਹਿ ਸਕਦਾ ਵੀ ਮੈਥੋਂ ਆਹ ਰੇਡਰ ਨਹੀਂ ਭੱਜਿਆ ਲਓ ਜੱਫੇ ਵੀ ਲੱਗਦੇ ਹੈ ਤੇ ਰੇਡਾਂ ਭੱਜਦੀਆਂ ਵੀ ਹੈ ਲਓ ਇੰਦਰਜੀਤ ਤੇ ਗੱਗੀ ਦੋ ਮਹਾਨ ਖਿਡਾਰੀ ਮੇਰੇ ਵੀਰੋ ਤੇ ਕੋਈ ਕਹਿੰਦਾ ਵੀ ਜਦੋਂ ਗੱਗੀ ਭੱਜਦਾ ਤੇ ਢਿੱਡ ਵੀ ਹਿਲਦਾ ਤੇ ਗੱਲਾਂ ਵੀ ਹਿਲਦੀਆਂ ਦੁਨੀਆ ਦਾ ਮਹਾਨ ਹੈ ਮੇਰੇ ਵੀਰੋ ਲਓ 500 ਰੁਪਇਆ ਸਾਈਂ ਜੀ ਵੱਲੋਂ ਗੱਗੀ ਖੀਰਾਂ ਵਾਲੀ ਇਹਦੇ ਲਈ ਹੈ ਮੇਰੇ ਵੀਰੋ ਜੇ ਕਹਿੰਦੇ ਸੋਹਣ ਜੱਫਾ ਲਾਊ ਸਾਈਂ ਜੀ ਕਹਿੰਦੇ 1100 ਰੁਪਇਆ ਦੇਵਾਂਗੇ ਸੋਹਣ ਦੇ ਜੱਫੇ ਦਾ ਜੇ ਪੁੱਠੀ ਪਾ ਕੇ ਜੱਫਾ ਲਾਊ ਤੇ ਸਵਾਦ ਵੱਖਰਾ ਹੋਣਾ ਹੈ ਲਓ ਰੁੜਕੀ ਵਾਲਾ ਸੋਹਣ ਇੱਕ ਪਾਸੇ ਕੰਨੀ ਤੇ ਤੀਰਥ ਦੇ ਨਾਲ ਦੋ ਤੀਰਥ ਇੱਕ ਸ਼ੀਰਾ ਤੇ ਨਾਲ ਸੋਹਣ ਯੋਧਾ ਘੱਸ ਪਿੰਡ ਵਾਲਾ ਬੱਲੇ ਬੱਲੇ ਕਰਵਾਊ ਕੇ ਨਹੀਂ ਖੇਡ ਮੈਦਾਨ ਅੰਦਰ ਮੇਰੇ ਵੀਰੋ ਲਓ ਜੋੜਾ ਵਾਲਾ ਤੀਰਥ ਤੀਰਥ ਜੋੜਾ ਵਾਲਾ ਮਲਕੀਤ ਦਿਓਲ ਦੀ ਟੀਮ ਵੱਲੋਂ ਖੇਡਿਆ ਕਹਿੰਦੇ ਮੈਟਰੋ ਦੀ ਖੇਡ ਕਲੱਬ ਵੱਲੋਂ ਮੇਰੇ ਵੀਰੋ ਪਿੰਕੀ ਢਿੱਲੋਂ ਕਹਿੰਦੇ ਮੇਰੇ ਵੀਰੋ ਉਸ ਟੀਮ ਦਾ ਮੇਨ ਸਪਾਂਸਰ ਹੈ ਸੁੱਖੇ ਗੋੜੇ ਉਹਨੇ ਕਹਿੰਦੇ ਮਾਣ ਕਰਦੇ ਆ ਲਓ ਇਹਨਾਂ ਕਬੱਡੀ ਦੇ ਸਟਾਰਾਂ ਦੇ ਤੇ 500 ਰੁਪਇਆ ਤੀਰਥ ਦੇ ਲਈ ਸਾਈਂ ਜੀ ਵੱਲੋਂ ਮਾਇਆ ਦੇ ਗੱਫੇ ਆਏ ਆ ਮੇਰੇ ਵੀਰੋ ਬਹੁਤ ਬਹੁਤ ਧੰਨਵਾਦ ਹੈ ਤੀਰਥ ਦੇ ਲਈ 500 ਇਹ ਮਾਇਆ ਦੇ ਗੱਫੇ ਜਿਹੜੇ ਪੁੱਜਦੇ ਹੋਏ ਆ ਬਹੁਤ ਬਹੁਤ ਧੰਨਵਾਦ ਅਗਲੀ ਰੇਡ ਨੌਜਵਾਨ ਜੱਗੀ ਭੂੰਦੜ ਵਾਲਾ ਮੇਰੇ ਵੀਰੋ ਨਾ ਖੇਡੂ ਕਹਿੰਦੇ ਖਿਡਾਰੀ ਵੀ ਲੀਗ ਦੇ ਵਿੱਚ ਕੈਨੇਡਾ ਦੀ ਧਰਤੀ ਦੇ 17 ਜੂਨ ਤੋਂ ਕਹਿੰਦੇ ਐਨ ਬ੍ਰਿਟਿਸ਼ ਕੋਲੰਬੀਆ ਟੋਰਾਂਟੋ ਦੇ ਖੇਡ ਮੈਦਾਨਾਂ ਦੇ ਵਿੱਚ ਸੁੱਖ ਪਨੇਰ ਹੋਣੀ ਕਹਿੰਦੇ ਕਬੱਡੀ ਦੀ ਲੀਗ ਕਰਾਉਣ ਜਾ ਰਹੇ ਹੈ ਉਸ ਲੀਗ ਦੇ ਲਈ ਕਹਿੰਦੇ ਚੋਣ ਹੋਈ ਹੈ ਕੀਪੇ ਦੀ ਜੱਗੀ ਦੀ ਪਿੱਠੋਂ ਵਾਲੇ ਸ਼ੀਰੇ ਦੀ ਇੰਦਰਜੀਤ ਜੋਂਟੀ ਹੁਣਾਂ ਦੀ ਵੇਖਦਾ ਹੈ ਫਿਰ ਸਾਹਮਣੇ ਇਹ ਨੱਲ ਮਾਰ ਕੇ ਵਾਲਾ ਨੇਤਾ ਮੇਰੇ ਵੀਰੋ ਵਾਹ ਵਾਹ ਨੌਜਵਾਨ ਹੈ ਇਹ ਹੈ ਜੱਗੀ ਭੂੰਦੜ ਦੀ ਧਰਤੀ ਦਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਅਗਲੀ ਰੇਡ ਗੋਪਾਲਪੁਰੀ ਨੰਨੀ ਦੀ ਨਾ ਚੱਲਦਾ ਹੈ ਜੱਟ ਦਾ ਮੈਦਾਨਾਂ ਵਿੱਚ ਮੇਰੇ ਵੀਰੋ ਐਨ ਨਾ ਚੱਲਣ ਵਾਲੀ ਗੱਲ ਹੈ ਨੰਨੀ ਗੋਪਾਲਪੁਰੀ ਹੈ ਜਿਹੜੇ ਮਾਲਵੇ ਦੇ ਮੇਲੇ ਤੇ ਪੁੱਜ ਜਾਂਦਾ ਹੈ
फिर दुनिया कहते फोटो कराने के लिए पिछे पिछे तुरी फिरती है भी नन्नी का सुभाव ही वधिया एन जान मार के कबड्डी पाउंदा है जफा लग जे तो रेडा पाउणों भी नहीं हटदा एन सिरे दी खेड़ है पर आए पिठों वाला दुनिया का महान 57 मोटरसाइकलों का जेतू जिन्हें अपने दौरे पर कहते हरजीत बरार की फोटो बनाई है किस दुनिया से रोज नहीं होना दिल में समझा ला लखां विचों एक बनता है बाजे खाने वाला लखां विचों एक बनता है बाजे खाने वाला प्लीज जिहड़े खिलाड़ी नहीं खेल रहे वो प्लीज एक साइड से होकर बैठ जाएंगे साईं जी वालों एक एक सौ रुपया दोनों टीमों के लिए आशीर्वाद पुजे एक एक सौ साईं बिक्की शाही नकोदर वाले कहते एक सौ रुपया कहते दोनों टीमों के प्लेयर के लिए आया मेरे वीरो ये माया के गफे आए हैं लैवी सुखे इक्की सौ रुपया दोनों टीमों के लिए माया के गफे लाओ रिंकू गुरदासपुरिया मेरे वीरो कबड्डी पा रहा है लाओ गुरदासपुरी भी इसलिए खेल मैदान कबड्डी है सब्बे की गल होती है मेरे वीरो गुरदासपुरी कहते सब्बे एन दुनिया मराई है 1995 का टरंटो का वर्ल्ड कप लोगों को याद है लैवी सुन जे जफा लाएगा सारे मैच दौरान 1100 तेरे एक जफे का साईं जी वालों होना है यह सोन रुड़की वाला मेरे वीरो नाल रुड़का पैंदा है बाबा चिंता भगत जी की धरती है मेरे वीरो उसे पिंड का उसे पिंड की कहते टीम बाबा भाई साधु कबड्डी क्लब रुड़के की टीम गुरमंगल दास सोनी जी प्रधान ने टोनी संधु उन्हों की टीम है पिंके उन्हों की ला दूजे पासे पंटी राजपुर भाइया वाला बल्ले बल्ले हुई पई मेरे वीरो सॉरी जसा ला तकड़ा जफा अपनी टीम के लिए पॉइंट का वादा करता है साईं जी 500 रुपया इस जाफी के लिए ते 500 जरा रेडर के लिए पॉइंट करते हैं बहुत बहुत धन्यवाद है लाओ सामने इस वे शंकर की कबड्डी है गर्मी बहुत ज्यादा है किसी को रुमाल है किसी को परना हवा भी झल रहे हैं एन गर्मी पर कबड्डी है जिहड़ी कहिंदे एन खून कहिंदे मेरे वीर तेज हो जाता जिवें कह लिए ब्लड वध जाता है एन सही गर्मी जिहड़ी अज महसूस हुई है मैनूं लगदा गर्मी गर्मी दे विच भी कोई राज होएगा वेखदे आ सामने इसलिए नौजवान की रेड पै रही है यह गगी मेरे वीरो खीरा बालिया के सामने यह कोठे जट्टा का कहते लखा मेरे वीरो एन सिखी स्वरूप खेल रहा है कलगियां वाले ने कहते सिखी की दात दिती है बाजां वाले गुरु की मेरे वीरो कृपा से जेड़े खिलाड़ी खेलते सिखी स्वरूप वखरे ही नाम आने दुनिया के अगली रेड नौजवान लोपो के वाला निर्मल खेल मैदान पाने के लिए वाधा होया चार जाफी ने रुड़की वाले तेरे एक जफे का 1100 दिता जाना है और सामने के रुड़की ने सोन दी कि सिफत सुनावा एनी पुठी तो यारो बजदा है रेडर टामा एनी पुठी तो यारो बजदा है रेडर टामा लाओ तीर्थ मेरे वीरो यह जोड़ा वाला तीर्थ जिम्मे अमन ने पहला दसा भी मैट्रो की खेड क्लब के लिए खेलने वाला दुनिया का महान गगीरे साईं जी कहते 1000 पैदा करते हैं ते 500 दे नामान हो रहे हैं इधर जाफी रे इधर गगीर ने 1000 रुपया साईं बिक्की शाह जी नकोदर वाले डेरा बाबा मुराद शाह एन नकोदर की पवित्र धरती दे कहंदे अज रौनकां लगियां ने जिहड़े नहीं खेल रहे उन्हां नूं बार बार बेनती है भी आपां एक साइड ते होके बैठ जाइए बड़ी मेहरबानी होगी लाओ जा जंटी मेरे वीरो कलसिया वाला जोंटी ते जगी भूंबण वाला दो महारथी कबड्डी ने भिड़ रहे खेड मैदान अंदर लग जाना पता 6-5-4-3 पर पॉइंट जिहड़ा है जगी भूंदण वाले ने मेरे वीरो अपनी टीम के लिए जोड़ दिता है ढोडे ते घलकना जोधां ते कौंके ये टीमां तैयार वर तैयार होकर खेड मैदान के आ जाण बड़ी मेहरबानी होगी ढोडे ते घलकना दीआं टीमां जल्दी दे नाल नन्नी इसलिए कहने रेड पाने के लिए बढ़िया होया गोपालपुरिया नन्नी रेड पा रहा है हम चार जाफियों के देख रहे भी किड़े नौजवान के नाल मुकाबला होता है लो लो पर नहीं सुहा ललकारा मार दो 500 सोन के लिए 500 कहने नन्नी के लिए साईं जी वालों आया मेरे वीरो 500 सोन के लिए ते 500 ए नन्नी दे लई माया दे गफे आए हैं बहुत बहुत धन्यवाद आओ स्कोर इसलिए जिवें आपां ठेठ पंजाबी च कह लैंदे हुंदे आ
ਵੀ ਮੈਚ ਜਦੋਂ ਨੇੜੇ ਹੋਵੇ ਤਾਂ ਕਹਿ ਲਈਏ 19 ਤੇ 21 ਵਾਲਾ ਫਰਕ ਹੈ, 19 ਤੇ 21 ਦਾ ਫਰਕ ਹੈ। ਹੁਣ ਪੁਆਇੰਟ ਵੀ ਕਹਿੰਦੇ 19 ਤੇ 21 ਹੈ ਮੇਰੇ ਵੀਰੋ, ਰੁੜਕੇ ਦੇ 19 ਪੁਆਇੰਟ ਨੇ ਤੇ ਘੁੱਗਸ਼ੋਰ ਦੇ 21 ਪੁਆਇੰਟ ਨੇ। ਇੱਕ ਤਾੜੀ ਜ਼ੋਰਦਾਰ ਮਾਰ ਦਿਓ। ਅਗਲੇ ਮੈਚ ਦੀਆਂ ਟੀਮਾਂ ਰੁਪਿੰਦਰ, ਜਿਹੜੇ ਕੱਪ ਖਾਲੀ ਪਾਣੀ ਵਾਲੇ ਗਰਾਊਂਡ ਦੇ ਵਿੱਚ ਨਾ ਸੁੱਟੋ ਮੇਰੇ ਵੀਰੋ, ਬਾਹਰਲੀ ਸਾਈਡ ਸੁੱਟ ਦਿਓ, ਬੜੀ ਮਿਹਰਬਾਨੀ ਹੋਊਗੀ। ਦਬਾਉਣਾ ਭਾਜੀ, ਦਬਾਉਣਾ ਇਧਰ। ਜੱਸਾ ਵੀ ਕਹਿੰਦੇ ਜਲਾਲ ਦੀ ਵਾਲੀ ਆ ਪੁੱਜਿਆ ਹੋਇਆ। 8 ਤਰੀਕ ਨੂੰ ਲੋਪੋ ਦੇ ਵਿੱਚ ਬਲਜਿੰਦਰ ਧੰਨਾ ਮਹਾਨ ਕਬੱਡੀ ਖਿਡਾਰੀ ਆਪ ਸਭ ਨੂੰ ਸੱਦੇ ਦੇ ਰਿਹਾ, ਜਿੱਥੇ ਕਹਿੰਦੇ ਬੀਤ ਬਲਜੀਤ ਦਾ ਵਿਸ਼ੇਸ਼ ਸਨਮਾਨ ਹੋਣਾ ਹੈ। ਤੇ ਰਮਲਾ ਕਰਤਾਰ ਰਮਲਾ ਖੁੱਲਾ ਅਖਾੜਾ ਲੱਗੂ ਮੇਰੇ ਵੀਰੋ, ਜਿੱਥੇ 16 ਟੀਮਾਂ ਹੀ ਖੇਡਣਗੀਆਂ। ਲਓ ਸ਼ੰਕਰ ਨੇ ਕਹਿੰਦੇ ਕਬੱਡੀ ਪਾ ਦਿੱਤੀ ਹੈ ਮੇਰੇ ਵੀਰੋ। ਇਧਰ ਘੁੱਗਸ਼ੋਰ ਦੀ ਟੀਮ ਜਿਹੜੀ ਰੋਡ ਵਾਲੀ ਸਾਈਡ ਹੈ ਤੇ ਡੇਰੇ ਵਾਲੀ ਸਾਈਡ ਮੇਰੇ ਵੀਰੋ, ਬਾਬਾ ਭਾਈ ਸਾਧੂ ਕਬੱਡੀ ਕਲੱਬ ਰੁੜਕਾ, ਇਹ ਤੀਰਥ ਨੌਜਨ ਤੀਰਥ। ਇੱਕ ਕਹਿੰਦੇ ਇੱਬਰ ਦਾ ਜੰਪਲ ਗਾਖਰ ਪਿੰਡ ਮਸ਼ਹੂਰ ਕਰਕੇ ਅਮਰੀਕਾ ਦੇ ਵਿੱਚ ਜਾ ਵਸਿਆ ਮੇਰੇ ਵੀਰੋ, ਜਿਹਦੀ ਐਨ ਕਹਿੰਦੇ ਕੈਲੀਫੋਰਨੀਆ ਕਬੱਡੀ ਫੈਡਰੇਸ਼ਨ ਦੇ ਵਿੱਚ ਤੂਤੀ ਬੋਲਦੀ ਹੈ ਮੇਰੇ ਵੀਰੋ, ਤੀਰਥ ਗਾਖਰ ਦੀ ਗਾਜੀਪੁਰੀ ਇਲਾਕੇ ਦੇ ਨਾਲ ਜਿਹੜੀ ਮਸ਼ਹੂਰ ਹੈ। ਇੱਧਰ ਕਹਿੰਦੇ ਨੌਜਨ ਸੋਨੀ ਝੋਡਾ ਵਾਲਾ ਜਤਿੰਦਰ ਸਿੰਘ ਸੋਨੀ ਸਨੇਹ ਦਾ ਕਹਿੰਦੇ ਨਾ ਚੱਲੇ ਕਬੱਡੀ ਦੇ ਵਿੱਚ, ਵੱਡੇ ਰਿਕਾਰਡ ਪੈਦਾ ਕੀਤੇ ਹੈ। ਆ ਜੱਸਾ ਨੌਜਵਾਨ ਲੱਗਿਆ ਹੋਇਆ ਲੱਤੀ ਝੋਲਡਾ ਪਿੰਡ ਦਾ, ਕਹਿੰਦੇ ਸੋਨੀ ਇਸ ਲਈ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ। ਅਗਲੀ ਰੇਡ ਨੌਜਵਾਨ ਨਿਰਮਲ ਲੋਪੋ ਕੇ ਵਾਲਾ ਤੇ ਜਲਾਲ ਪਿੰਡ ਵਾਲਾ ਗੱਲ ਕਰਦਾ ਹੋਇਆ। ਲਓ ਚਿੱਟੇ ਰੰਗ ਦੀ ਨਿਕਰ ਪਾਈ ਹੋਈ ਮੇਰੇ ਵੀਰੋ, ਟੇਕਿਆ ਹੋਇਆ ਧਰਤੀ ਮਾਂ ਨੂੰ ਮੱਥਾ, ਇਸ ਵੇਲੇ ਨਿਰਮਲ ਲੋਪੋ ਕੇ ਵਾਲਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ। ਸੋਹਣ ਤੇ ਸ਼ੀਰਾ ਤਿਆਰ ਨੇ ਮੇਰੇ ਵੀਰੋ, ਨਾਲ ਵਿਚਕਾਰ ਤਾਰੀ ਤੇ ਤੀਰਥ, ਪਰ ਹਲਕਾ ਜਿਹਾ ਟੱਚ ਪੁਆਇੰਟ ਜਿਹੜਾ ਇਸ ਵੇਲੇ ਧਾਵੀ ਦੇ ਹਿੱਸੇ ਜਾ ਜੁੜਿਆ ਹੈ। ਪੁਆਇੰਟ ਇਸ ਵੇਲੇ ਮੇਰੇ ਵੀਰੋ ਨੌਜਨ ਲੋਪੋਕੇ ਵਾਲਾ ਗੱਭਰੂ ਆਪਣੀ ਟੀਮ ਦੇ ਲਈ ਜੋੜਦਾ ਹੋਇਆ। ਸਿਰੇ ਦੇ ਮੁਕਾਬਲੇ ਖੇਡੇ ਜਾ ਰਹੇ ਹੈ। ਲਓ ਇਸ ਵੇਲੇ ਬਾਰੂ ਦੀ ਰੇਡ ਮੇਰੇ ਵੀਰੋ, ਗੁਰਜੀਤ ਸਿੰਘ ਗੋਗੋ ਦਾ ਨਾਂ, ਸੋਹਣ ਦਾ ਨਾਂ, ਜੀਤੀ ਕੂਨਰ ਦਾ ਨਾਂ, ਮਹਾਨ ਕਬੱਡੀ ਖਿਡਾਰੀਆਂ ਦੀ ਧਰਤੀ। ਲਓ ਇੰਦਰਜੀਤ ਕਲਸਕੀਆਂ ਵਾਲਾ, ਇਹ ਵੀ ਕਹਿੰਦੇ ਜੀਪ ਟਰੈਕਟਰ ਮੋਟਰਸਾਈਕਲਾਂ ਦਾ ਜੇਤੂ ਜਾਤੀ ਹੈ, ਕਲਸੀਆਂ ਪਿੰਡ ਹੈ, ਰਾਏਕੋਟ ਦਾ ਕਹਿੰਦੇ ਇਲਾਕਾ ਹੈ ਮੇਰੇ ਵੀਰੋ, ਰਾਏਕੋਟ ਦੀ ਧਰਤੀ ਦਾ ਇਲਾਕਾ ਹੈ, ਬੱਸੀਆਂ ਅੱਚਰਵਾਲ ਨੱਥੋਵਾਲ, ਕਹਿੰਦੇ ਜਲਾਲ ਦੀ ਵਾਲ ਬੜੇ ਮਸ਼ਹੂਰ ਪਿੰਡ ਨੇ ਮੇਰੇ ਵੀਰੋ। ਇੰਦਰਜੀਤ ਦੇ ਲਈ 500 ਤੇ 500, ਕਹਿੰਦੇ ਰੁੜਕੀ ਵਾਲੇ ਬਾਰੂ ਦੇ ਲਈ ਆਇਆ ਇਹ ਸਾਈ।